ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਸ੍ਰੀ ਲਾਈਵ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਫਰੈਂਡਸ, ਦੁਪਹਿਰ ਦਾ ਟਾਈਮ ਹੋ ਚੁੱਕਾ ਹੈ। ਮੈਂ ਨੀਚੇ ਤੋਂ ਕੱਪੜੇ ਧੋ ਕੇ ਲੈ ਕੇ ਆਈ ਹਾਂ, ਮਸ਼ੀਨ 'ਚ ਕੱਪੜੇ ਧੋਤੇ ਨੇ ਅਤੇ ਸੁਕਾ ਕੇ ਲੈ ਕੇ ਆਈ ਹਾਂ ਵੀ ਬਸ ਹੁਣ ਕੱਪੜੇ ਤਾਂ ਸੁੱਕੇ ਹੀ ਹੋਏ ਨੇ, ਬਸ ਹਵਾ ਜੋ ਕੋਈ ਨਿਕਲਣੀ ਇਹਨਾਂ ਦੀ, ਹੁਣ ਘੰਟੇ ਕੁ ਦੇ ਤੱਕ ਸੁੱਕ ਜਾਣੇ ਨੇ, ਹੁਣ ਕੱਪੜੇ ਸੁੱਕਣੇ ਪਾ ਰਹੀ ਹਾਂ। ਪਰ ਫਰੈਂਡਸ, ਅੱਜ ਧੁੱਪ ਥੋੜ੍ਹੀ ਮਾਧਮ ਹੀ ਆ, ਪਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ। ਮੈਂ ਸਟਿੱਕਣੀਆਂ ਵੀ ਨੀਚੇ ਹੀ ਭੁੱਲ ਆਈ, ਕਿਉਂਕਿ ਉਹ ਪਲਾਸਟਿਕ ਦੀਆਂ, ਅਤੇ ਫਿਰ ਮੈਂ ਉਧਾਰ ਲੈਂਦੀ ਹੁੰਦੀ ਹਾਂ ਉਹਨਾਂ ਨੂੰ, ਨਹੀਂ ਤਾਂ ਧੁੱਪ ਦੇ ਨਾਲ ਮੜਕ ਜੇ ਜਾਂਦੀਆਂ ਉਹ, ਫਿਰ ਟੁੱਟ ਜਾਂਦੀਆਂ ਛੇਤੀ, ਅਤੇ ਮੈਂ ਉਤਾਰ ਕੇ ਨੀਚੇ ਹੀ ਲੈ ਗਈ। ਅਤੇ ਅੱਜ ਮੈਂ ਲੈ ਕੇ ਆਉਣ ਤਾਂ ਮੈਨੂੰ ਯਾਦ ਹੀ ਭੁੱਲ ਗਿਆ, ਅਤੇ ਬਸ ਕੱਪੜੇ ਮੇਰੇ ਤਕਰੀਬਨ ਸੁੱਕਣੇ ਪੈ ਚੁੱਕੇ ਨੇ, ਬਸ ਥੋੜ੍ਹੇ ਜਿਹੇ ਰਹਿੰਦੇ ਆ। ਜਿਹੜੇ ਛੋਟੇ ਕੱਪੜੇ ਉਹਨਾਂ ਨੂੰ ਮੈਂ ਚੇਅਰ 'ਤੇ ਪਾ ਦੂੰਗੀ ਸੁੱਕਣੇ, ਛੋਟੇ ਕੱਪੜੇ ਜਿਵੇਂ ਮੇਰੀ ਬੇਟੀ ਦੇ ਕੱਪੜੇ ਹੋ ਗਏ ਛੋਟੇ ਛੋਟੇ, ਜਾਂ ਰੁਮਾਲ ਵਗੈਰਾ ਹੋ ਗਏ, ਅਤੇ ਕੁਛ ਬੇਟੀ ਦੇ ਜਿਵੇਂ ਮੈਨੂੰ ਚਾਹੀਦੇ ਹੁੰਦੇ ਆ ਸ਼ਾਮ ਤੱਕ ਕੱਪੜੇ, ਜਿਹੜੇ ਉਹਨੇ ਸ਼ਾਮ ਨੂੰ ਪਾਉਣੇ ਹੁੰਦੇ ਆ ਵੀ ਨਾਈਟ ਸੂਟ, ਰਾਤ ਨੂੰ ਸੌਣ ਲੱਗਿਆ ਉਹਨੇ ਪਾਉਣੇ ਹੀ ਪਾਉਣੇ, ਅਤੇ ਉਹ ਮੈਂ ਫਿਰ ਇੱਥੇ ਤਣੀ 'ਤੇ ਸੁਕਾ ਲੂੰਗੀ ਵੀ ਉਹ ਛੇਤੀ ਸੁੱਕ ਜਾਣਗੇ, ਕਿਉਂਕਿ ਚੇਅਰ 'ਤੇ ਕਈ ਵਾਰ ਕੱਪੜਾ ਥੋੜ੍ਹਾ ਸਾਈਡ 'ਤੇ ਰਹਿ ਜਾਂਦੀ, ਕਈ ਵਾਰ ਨਹੀਂ ਵੀ ਸੁੱਕਦੇ ਹੈਗੇ। ਬਸ ਹੁਣ ਮੈਂ ਕੱਪੜੇ ਸੁੱਕਣੇ ਪਾ ਤੇ ਆ, ਮੈਂ ਤੁਹਾਡੇ ਨਾਲ ਇੱਥੇ ਨਾ, ਫਿਰ ਮੈਂ ਫਰੈਂਡ, ਸਾਡੇ ਘਰ ਨਾ ਕਬੂਤਰ ਰਹਿੰਦੇ ਆ, ਅਤੇ ਮੈਂ ਤੁਹਾਡੇ ਨਾਲ ਛੋਟੀ ਜਿਹੀ ਕਲਿੱਪ ਆ ਮੇਰੇ ਬੇਟੇ ਨੇ ਸ਼ੂਟ ਕਰੀ ਸੀ, ਮੈਂ ਤੁਹਾਨੂੰ ਵਿਖਾ ਰਹੀ ਹਾਂ ਵੀ ਉਹ ਕਿੰਨੇ ਪਿਆਰੇ ਬੱਚੇ ਆ। ਫਰੈਂਡਸ, ਹੁਣ ਮੈਂ, ਹਾਂਜੀ ਹੁਣ ਮੈਂ ਕਿਚਨ ਦੇ ਵਿੱਚ ਆ ਚੁੱਕੀ ਹਾਂ, ਅਤੇ ਮੈਂ ਲਸਣ ਨੂੰ ਪਾਣੀ ਦੇ ਵਿੱਚ ਭਿਉਂ ਦਿੱਤਾ ਏ। ਫਰੈਂਡਸ, ਇਹ ਵੀ ਇੱਕ ਕਾਰਨ ਆ ਲਸਣ ਨੂੰ ਪਾਣੀ ਦੇ ਵਿੱਚ ਭਿਉਂ ਦਾ, ਐਨੀ ਜਦੋਂ ਆਪਾਂ ਲਸਣ ਨੂੰ ਪਾਣੀ 'ਚ ਭਿਉਂਦੇ ਨੇ ਇਹਦੀ ਛਿੱਲ ਬਹੁਤ ਛੇਤੀ ਉੱਤਰ ਜਾਂਦੀ ਹੈ, ਅਤੇ ਇਹਦੀ ਛਿੱਲ ਹੱਥਾਂ ਨੂੰ ਲੱਗਦੀ ਜੀ ਨੇ, ਅਤੇ ਨਾ ਹੀ ਹੱਥ ਚਿਪ ਚਿਪ ਜੀ ਵੀ ਨਹੀਂ ਕਰਦੇ ਇਹ। ਸੋ ਮੈਂ ਇਸ ਲਈ ਜਦੋਂ ਪਹਿਲਾਂ ਮੈਂ ਲਸਣ ਛਿੱਲਣਾ ਹੁੰਦਾ ਅਤੇ ਇਸਨੂੰ ਮੈਂ 5-7 ਮਿੰਟ ਪਹਿਲਾਂ ਪਾਣੀ ਦੇ ਵਿੱਚ ਭਿਉਂ ਪਾ ਦਿੰਦੀ ਹਾਂ, ਅਤੇ ਇਹਦੀ ਛਿੱਲ ਨਰਮ ਜੀ ਹੋ ਜਾਂਦੀ ਹੈ ਅਤੇ ਫਿਰ ਬੜੀ ਛੇਤੀ ਉੱਤਰ ਜਾਂਦੀ ਹੈ। ਮੈਨੂੰ ਤਾਂ ਵੀ ਇੱਦਾਂ ਹੀ ਲਸਣ ਛਿੱਲਣਾ ਪਸੰਦ ਆ, ਆਈ ਹੋਪ ਤੁਹਾਨੂੰ ਵੀ ਮੇਰੀ ਇਹ ਟ੍ਰਿਕ ਪਸੰਦ ਆਊਗੀ। ਨਹੀਂ ਤੁਸੀਂ ਕਦੇ ਇੱਦਾਂ ਜਮਾ ਕੇ ਦੇਖੇ ਤਾਂ ਜ਼ਰੂਰ ਦੇਖਿਓ ਵੀ ਪਾਣੀ ਦੇ ਵਿੱਚ ਲਸਣ ਪਾ ਕੇ ਅਤੇ ਬਾਅਦ ਵਿੱਚ ਇਹਦੀ ਛਿੱਲ ਬਹੁਤ ਹੀ ਜਲਦੀ ਉੱਤਰ ਜਾਂਦੀ ਆ, ਮਤਲਬ ਕਿ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਲਸਣ ਛਿੱਲਿਆ ਜਾਂਦਾ। ਨਹੀਂ, ਲਸਣ ਛਿੱਲਣ ਦਾ ਕੰਮ ਬਹੁਤ ਬਰੀਕੀ ਜਿਹਾ ਹੁੰਦਾ, ਮੈਨੂੰ ਬਹੁਤ ਔਖਾ ਲੱਗਦਾ ਜੇ ਮੈਂ ਇੱਦਾਂ ਨਾਲ ਲਸਣ ਛਿੱਲਾਂ ਤਾਂ। ਅੱਜ ਫਰੈਂਡਸ ਆਪਾਂ ਕੱਦੂ ਦੀ ਸਬਜ਼ੀ ਬਣਾ ਰਹੇ ਹਾਂ, ਤੁਸੀਂ ਵੀ ਆਖੋਗੇ ਵੀ ਸਰਦੀਆਂ ਦੇ ਵਿੱਚ ਕੱਦੂ ਕਿੱਧਰੋਂ ਆ ਗਏ। ਮੇਰੇ ਮਾਮੇ ਘਰ ਵੇਲ ਲੱਗੀ ਹੋਈ ਹੈ ਅਤੇ ਉਹਨਾਂ ਨੇ ਰਾਤੀ ਕੱਦੂ ਭੇਜੇ ਸੀਗੇ, ਕੱਦੂ ਮੈਂ ਚੀਰ ਕੇ ਰੱਖ ਲਏ ਆ, 1 ਕਿਲੋ ਕੁ ਦੇ ਕਰੀਬ ਕੱਦੂ ਹੋਣਗੇ, ਅਤੇ ਮੈਂ ਪਿਆਜ਼ ਲਸਣ ਅਦਰਕ ਅਤੇ 4-5 ਮਿਰਚਾਂ ਲਈਆਂ ਵਾ। ਇਹਨਾਂ ਨੂੰ ਅੱਜ ਆਪਾਂ ਨਾ ਕੁੰਡੇ ਦੇ ਵਿੱਚ ਕੁੱਟਾਂਗੇ, ਅੱਜ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਨਹੀਂ ਕਰਨਾ ਗਾ। ਕੁੰਡੇ ਦੇ ਵਿੱਚ ਮੈਂ ਲਸਣ ਅਦਰਕ ਅਤੇ ਹਰੀਆਂ ਮਿਰਚਾਂ ਪਾ ਲਈਆਂ ਪਹਿਲਾਂ, ਅਤੇ ਥੋੜ੍ਹਾ ਜਿਹਾ ਮੈਂ ਇਹਦੇ ਵਿੱਚ ਲੂਣ ਪਾਊਂਗੀ ਤਾਂ ਜੋ ਮਿਰਚਾਂ ਛੇਤੀ ਕੁੱਟੀਆਂ ਜਾਣ। ਫਰੈਂਡਸ, ਜਿਹੜੀ ਨਾ ਆਪਾਂ ਵੀ ਕੁੰਡੇ ਘੋਟਣੇ ਦੇ ਵਿੱਚ ਜਾਂ ਚਟਨੀ ਵੀ ਰਗੜ ਕੇ ਖਾਂਦੇ ਹਾਂ, ਜਾਂ ਆਪਾਂ ਸਬਜ਼ੀ ਬਣਾਉਣ ਵਾਲਾ ਮਸਾਲਾ ਵੀ ਇਹਦੇ ਵਿੱਚ ਬਣਾਉਂਦੇ ਹਾਂ, ਕਦੇ ਵੇਖਿਓ ਐਕਸਪੀਰੀਅੰਸ ਕਰਕੇ ਵੀ ਗ੍ਰਾਇੰਡ ਕਰਿਆ ਹੋਇਆ ਦਾ ਉਹਦਾ ਵੱਖਰਾ ਟੇਸਟ ਹੁੰਦਾ, ਅਤੇ ਇਹ ਚੀਜ਼ ਦਾ ਜਿਹੜਾ ਮਿੱਟੀ ਦੇ ਭਾਂਡੇ ਵਿੱਚ ਬਣਿਆ ਉਹਦਾ ਵੱਖਰਾ ਟੇਸਟ ਆ। ਵੈਸੇ ਹੀ ਕੁੰਡੇ ਦੀ ਚਟਨੀ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ, ਹਾਲਾਂਕਿ ਗ੍ਰਾਇੰਡ ਦੇ ਵਿੱਚ ਬਣਾ ਲੱਗੇ, ਗ੍ਰਾਇੰਡਰ ਦੇ ਵਿੱਚ ਬਣਾ ਲੱਗੇ ਤਾਂ ਉਹ ਠੀਕ ਠੀਕ ਹੀ ਹੁੰਦੀ, ਉਹਦਾ ਇੱਕ ਟਾਈਮ ਪਾਸ ਜਾਂ ਹੁੰਦਾ, ਉੱਡੀ ਟੇਸਟੀ ਨਹੀਂ ਹੁੰਦੀ। ਆਪਣੀਆਂ ਮਿਰਚਾਂ ਲਸਣ ਅਦਰਕ ਤਕਰੀਬਨ ਪੀਸੇ ਗਏ ਆ, ਅਤੇ ਹੁਣ ਆਪਾਂ ਇਸਦੇ ਵਿੱਚ ਪਿਆਜ਼ ਐਡ ਕਰਾਂਗੇ, ਅਤੇ ਹੌਲੀ ਹੌਲੀ ਫਿਰ ਆਪਾਂ ਉਹਨਾਂ ਨੂੰ ਕੁੱਟ ਲਾਂਗੇ, ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾਉਣ ਦੀ ਤਿਆਰੀ ਕਰਾਂਗੇ। ਬਸ ਮੈਂ ਪਿਆਜ਼ ਥੋੜ੍ਹੇ ਥੋੜ੍ਹੇ ਕਰਕੇ ਵਿੱਚ ਪਾ ਲਏ ਆ, ਅਤੇ ਇਹਨਾਂ ਨੂੰ ਆਪਾਂ ਪੀਸ ਲਵਾਂਗੇ। ਫਰੈਂਡਸ, ਜਦੋਂ ਇੱਕ ਗੱਲ ਆ, ਜਦੋਂ ਆਪਾਂ ਪਿਆਜ਼ਾਂ ਨੂੰ ਪੀਸਦੇ ਹਾਂ ਨਾ, ਪੀਸਦੇ ਹਾਂ ਜਾਂ ਕੁੱਟਦੇ ਹਾਂ, ਮੈਨੂੰ ਨਹੀਂ ਪਤਾ ਤੁਹਾਡੇ ਏਰੀਆ 'ਚ ਵੀ ਕੀ ਬੋਲਦੇ ਆ, ਪਿਆਜ਼ ਇੰਨੇ ਕੁ ਜ਼ਿਆਦਾ ਕੜਵੇ ਆ ਨਾ, ਅੱਖਾਂ 'ਚ ਇੰਨਾ ਪਾਣੀ ਨਿਕਲਦਾ ਵਾ, ਬਹੁਤ ਜ਼ਿਆਦਾ ਅੱਖਾਂ ਕੌੜੀਆਂ ਕੌੜੀਆਂ ਹੋ ਜਾਂਦੀਆਂ। ਤੜਕਾ ਆਪਣਾ ਕੁੱਟਿਆ ਗਿਆ ਵਾ, ਹੁਣ ਆਪਾਂ ਤੇਲ ਚੜ੍ਹਾ ਦਿੱਤਾ ਏ। ਤੇਲ ਜਦੋਂ ਮੈਂ ਤੜਕਾ ਹਮੇਸ਼ਾ ਸਰ੍ਹੋਂ ਦੇ ਤੇਲ 'ਚ ਹੀ ਲਾਉਂਦੀ ਹਾਂ, ਮੈਂ ਰਿਫਾਇੰਡ ਆਇਲ ਨਹੀਂ ਵਰਤਦੀ। ਜਦੋਂ ਆਪਣਾ ਤੇਲ ਗਰਮ ਹੋ ਗਿਆ, ਇਸ ਵਿੱਚ ਆਪਾਂ ਜੀਰਾ ਪਾ ਦਾਂਗੇ, ਹਲਕਾ ਭੂਰਾ ਹੁਣ ਤੱਕ ਜੀਰਾ ਭੁੰਨ ਕੇ ਫਿਰ ਆਪਾਂ ਇਸ ਵਿੱਚ ਪਿਆਜ਼ ਪਾ ਦਾਂਗੇ। ਪਿਆਜ਼ ਥੋੜ੍ਹੇ ਧਿਆਨ ਨਾਲ ਹੀ ਪਾਉਣੇ, ਕਿਉਂਕਿ ਜਦੋਂ ਆਪਾਂ ਪਿਆਜ਼ ਪਾਉਂਦੇ ਨੇ ਵਿੱਚ ਤੇਲ ਇਹਦੇ ਵਿੱਚੋਂ
ਵੀ ਬਾਹਰ ਨੂੰ ਛਿੱਟੇ ਜਿਹੇ ਉੱਡਦੇ ਆ, ਆਪਾਂ ਆਪਣਾ ਬਚਾਅ ਵੀ ਕਰਨਾ ਹੈ। ਪਿਆਜ਼ਾਂ ਨੂੰ ਆਪਾਂ ਹਲਕੇ ਭੂਰੇ ਹੋਣ ਤੱਕ ਭੁੰਨਣਾ ਹੈ। ਇਹਦੇ ਵਿੱਚ ਮੈਂ ਨਾ ਟਮਾਟਰ ਨਹੀਂ ਐਡ ਕਰ ਰਹੀ ਕਿਉਂਕਿ ਆਪਾਂ ਅੱਜ ਕੱਦੂ ਦੁੱਧ ਪਾ ਕੇ ਬਣਾ ਰਹੇ ਹਾਂ, ਅਤੇ ਸੋ ਇਸ ਲਈ ਟਮਾਟਰ ਆਪਾਂ ਸਕਿੱਪ ਹੀ ਕਰ ਰਹੇ ਹਾਂ। ਬਸ ਪਿਆਜ਼ ਨਾਲ ਜਦ ਭੁੱਜ ਨਹੀਂ ਜਾਂਦਾ ਆਪਾਂ ਉਸਨੂੰ ਚਲਾਉਂਦੇ ਰਹਿਣਾ ਹੈ ਤਾਂ ਕਿ ਵੀ ਥੱਲੇ ਨਾ ਲੱਗ ਜਾਏ ਇਹ। ਬਸ ਕਦੇ ਹਾਈ ਫਲੇਮ ਕਰ ਲੈਂਦੀ ਹਾਂ ਮੈਂ, ਕਦੇ ਸਲੋ ਕਰ ਲੈਂਦੀ ਹਾਂ। ਮੈਂ ਤਾਂ ਹੌਲੀ ਹੌਲੀ ਤੜਕਾ ਭੁੰਨਦੀ ਹੁੰਦੀ ਹਾਂ ਕਿਉਂਕਿ ਮੈਨੂੰ ਜਿਹੜਾ ਇਹਦਾ ਫਰੈਗਰੈਂਸ ਹੈ ਨਾ ਤੜਕੇ ਭੁੱਜਦੇ ਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਤੜਕਾ ਮੈਂ ਬਹੁਤ ਰੀਝ ਨਾਲ ਪਾਉਂਦੀ ਹੁੰਦੀ ਹਾਂ। ਅਤੇ ਬਾਕੀ ਮੈਂ ਸਬਜ਼ੀਆਂ ਸਿੰਪਲੀ ਲੂਣ ਮਿਰਚ ਅਤੇ ਹਲਦੀ ਪਾ ਕੇ ਬਣਾਉਂਦੀ ਹਾਂ, ਮੈਂ ਜ਼ਿਆਦਾ ਮਸਾਲੇ ਨਹੀਂ ਐਡ ਕਰਦੀ ਹੁੰਦੀ ਗੀ। ਕਦੇ ਕਦੇ ਜੇ ਜ਼ਿਆਦਾ ਹੋਵੇ ਤਾਂ ਗਰਮ ਮਸਾਲਾ ਐਡ ਕਰ ਲੈਂਦੀ ਹੁੰਦੀ ਹਾਂ, ਨਹੀਂ ਅਦਰਵਾਈਜ਼ ਮੈਂ ਜ਼ਿਆਦਾ ਗਰਮ ਮਸਾਲੇ ਸਕਿੱਪ ਹੀ ਕਰਦੀ ਹੁੰਦੀ ਹਾਂ, ਮੈਂ ਨਹੀਂ ਪਾਉਂਦੀ ਗੀ। ਬਾਕੀ ਫਰੈਂਡ ਜਿਵੇਂ ਆਪਾਂ ਵੀ ਪਿਆਜ਼ ਪਾ ਦੇਈਏ ਜਾਂ ਲਸਣ ਅਦਰਕ ਪਾ ਦੇਈਏ ਤਾਂ ਟੇਸਟ ਇਹਨਾਂ ਚੀਜ਼ਾਂ ਨੇ ਵੀ ਬਹੁਤ ਜ਼ਿਆਦਾ ਦੇਣਾ ਹੁੰਦੇ ਆ। ਗਰਮ ਮਸਾਲੇ ਤਾਂ ਫਿਰ ਪੇਟ ਦੀ ਜਲਣ ਨੂੰ ਤੇਜ਼ਾਬ ਵਗੈਰਾ ਹੀ ਬਹੁਤ ਜ਼ਿਆਦਾ ਬਣਾਉਂਦੇ ਆ। ਬਸ ਜੀ ਤੜਕਾ ਆਪਣਾ ਤਕਰੀਬਨ ਭੁੱਜ ਗਿਆ ਹੈ ਅਤੇ ਹੁਣ ਮੈਂ ਇਸ ਦੇ ਵਿੱਚ ਇੱਕ ਚਮਚ ਲੂਣ ਪਾ ਰਹੀ ਹਾਂ ਕਿਉਂਕਿ ਅੱਧਾ ਕੁ ਚਮਚ ਆਪਾਂ ਪਹਿਲਾਂ ਵੀ ਮਸਾਲੇ ਦੇ ਵਿੱਚ ਜਦੋਂ ਪੀਸ ਰਹੇ ਸੀ ਉਦੋਂ ਪਾਇਆ ਸੀ, ਅਤੇ ਡੇਢ ਤੋਂ ਦੋ ਚਮਚ ਦੇ ਕਰੀਬ ਮੈਂ ਹਲਦੀ ਪਾ ਰਹੀ ਹਾਂ ਅਤੇ ਬਸ ਇਹਨੂੰ ਆਪਾਂ ਮਿਕਸ ਕਰ ਦੇਣਾ ਹੈ। ਜਦੋਂ ਥੋੜ੍ਹਾ ਜਿਹਾ ਇਹਨਾਂ ਨੂੰ ਲੂਣ ਅਤੇ ਹਲਦੀ ਨੂੰ, ਰੈੱਡ ਮਿਰਚ ਮੈਂ ਨਹੀਂ ਪਾ ਰਹੀ ਇਹਦੇ ਵਿੱਚ ਕਿਉਂਕਿ ਆਪਾਂ ਹਰੀ ਮਿਰਚ ਪਾ ਲਈਏ ਅਤੇ ਉਹ ਬਹੁਤ ਹੋਊਗੀ, ਅਤੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਬਸ ਇੱਦਾਂ ਭੁੰਨ ਕੇ ਜੇ ਫਿਰ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਐਡ ਕਰ ਦਾਂਗੇ ਤਾਂ ਕਿ ਆਪਣਾ ਮਸਾਲਾ ਸਵਾਰ ਕੇ ਭੁੱਜ ਜਾਵੇ। ਪਾਣੀ ਥੋੜ੍ਹਾ ਜਿਹਾ ਹੀ ਪਾਉਣਾ ਫਰੈਂਡਸ ਵੀ ਆਪਣੇ, ਬਸ ਵੀ ਤੜਕਾ ਜਿੰਨਾ ਵੀ ਆਪਾਂ ਮਸਾਲਾ ਜਿਹੜਾ ਪਾਇਆ ਹੋਇਆ ਲੂਣ ਮਿਰਚ ਹਲਦੀ ਜੋ ਵੀ ਆ ਉਹ ਭੁੱਜ ਸਕੇ, ਅਤੇ ਪਾਣੀ ਪਾਉਣ ਤੋਂ ਬਾਅਦ ਇਸਨੂੰ ਚੰਗੀ ਤਰ੍ਹਾਂ ਹਿਲਾ ਕੇ ਅਤੇ ਫਿਰ ਆਪਾਂ ਇਹਨੂੰ ਢੱਕ ਦਾਂਗੇ। ਢੱਕਣ ਲਗਾਉਣ ਤੋਂ ਬਾਅਦ ਦੋ ਮਿੰਟ ਬਾਅਦ ਆਪਾਂ ਵੇਖ ਲੈਣਾ ਹੈ ਵੀ ਇਹਨਾਂ ਵਿੱਚ ਪਾਣੀ ਸੁੱਕ ਜਾਵੇ ਤਾਂ ਆਪਣਾ ਤੜਕਾ ਸਾਰਾ ਥੱਲੇ ਹੀ ਲੱਗ ਜਾਵੇ। ਅਤੇ ਆਪਣੇ ਤੜਕੇ ਨੇ ਤਕਰੀਬਨ ਆਪਣਾ ਤੜਕਾ ਭੁੱਜ ਚੁੱਕਿਆ ਹੈ ਅਤੇ ਪਿਆਜ਼ਾਂ ਨੇ ਤੇਲ ਛੱਡ ਦਿੱਤਾ ਹੈ, ਅਤੇ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਕੱਦੂ ਚੀਰੇ ਸੀਗੇ ਧੋ ਕੇ ਰੱਖੇ ਹੋਏ ਸੀਗੇ ਅਤੇ ਆਪਾਂ ਉਹ ਐਡ ਕਰ ਦਾਂਗੇ। ਤਾਂ ਤੁਸੀਂ ਦੇਖ ਰਹੇ ਹੋ ਵੀ ਪਿਆਜ਼ਾਂ ਨੇ ਤੇਲ ਬਹੁਤ ਵਧੀਆ ਛੱਡ ਦਿੱਤਾ ਹੈ। ਹੁਣ ਆਪਾਂ ਇਸ ਦੇ ਵਿੱਚ ਕੱਦੂ ਐਡ ਕਰ ਦਾਂਗੇ ਅਤੇ ਐਡ ਕਰਕੇ ਕੱਦੂਆਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਤਾਂ ਜੋ ਇਹਨਾਂ ਨੂੰ ਮਸਾਲਾ ਸਵਰ ਕੇ ਲੱਗ ਜਾਵੇ। ਬਸ ਇਹ ਹੌਲੀ ਹੌਲੀ ਹਿਲਾਉਣੀ ਹੈ ਜਦੋਂ ਆਪਾਂ ਕੋਈ ਵੀ ਸਬਜ਼ੀ ਵਿੱਚ ਪਾ ਦੇਣੀ ਹੈ ਤਾਂ ਜੋ ਵੀ ਇਹ ਸਬਜ਼ੀ ਕੜਛੀ ਦੇ ਨਾਲ ਬੁੜਕ ਕੇ ਬਾਹਰ ਨੂੰ ਨਾ ਆਵੇ। ਹੌਲੀ ਹੌਲੀ ਇਸਨੂੰ ਹਿਲਾਉਂਦੇ ਜਦੋਂ ਉੱਪਰੋਂ ਮੈਂ ਥੋੜ੍ਹਾ ਜਿਹਾ ਇਸ ਵਿੱਚ ਪਾਣੀ ਪਾ ਦੂੰਗੀ ਅਤੇ ਫਿਰ ਉਹਨੂੰ ਢੱਕ ਦੂੰਗੀ ਕਿਉਂਕਿ ਕੁਛ ਥੋੜ੍ਹਾ ਬਹੁਤ ਤਾਂ ਪਾਣੀ ਕੱਦੂਆਂ ਦਾ ਵੀ ਆਪਣਾ ਵੀ ਹੁੰਦਾ ਹੈ ਅਤੇ ਕੁਛ ਪਾਣੀ ਹੋਊਗਾ ਅਤੇ ਫਿਰ ਇਹ ਚੰਗੀ ਤਰ੍ਹਾਂ ਆਪਣੇ ਕੱਦੂ ਗਲ ਜਾਣਗੇ। ਬਸ ਇਹਨਾਂ ਨੂੰ ਮੈਂ ਸਵਾਰ ਕੇ ਪਾਣੀ ਦੇ ਵਿੱਚ ਮਿਕਸ ਕਰਕੇ ਅਤੇ ਮੈਂ ਇਸਨੂੰ ਉੱਪਰ ਤੋਂ ਢੱਕ ਦੇਵਾਂਗੀ। ਸਬਜ਼ੀ ਨੂੰ ਬਾਅਦ 'ਚ ਵਿੱਚੋਂ ਵਿੱਚੋਂ ਆਪਾਂ ਹਿਲਾਉਂਦੇ ਰਹਿਣਾ ਹੈ ਵੀ ਇਸਦਾ ਪਾਣੀ ਚੈੱਕ ਕਰਦੇ ਰਹਿਣਾ ਵੀ ਅਗਰ ਤਾਂ ਜੇ ਤਾਂ ਆਪਾਂ ਨੂੰ ਲੱਗੇ ਵੀ ਕਦੋਂ ਆਪਣੇ ਰਹਿ ਚੁੱਕੇ ਫਿਰ ਤਾਂ ਹੋਰ ਪਾਣੀ ਦੀ ਜ਼ਰੂਰਤ ਨਹੀਂ, ਅਤੇ ਜੇ ਲੱਗਦਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਸੇਕ ਹੋਰ ਲੱਗਦਾ ਹੈ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਫਿਰ ਇਹਨਾਂ ਨੂੰ ਢੱਕ ਦੇਵੇ ਅਤੇ ਫਿਰ ਇਹ ਛੇਤੀ ਗਲ ਜਾਂਦੇ ਆ। ਵੈਸੇ ਕੱਦੂ ਦੀ ਸਬਜ਼ੀ ਦੁੱਧ ਪਾ ਕੇ ਜਦੋਂ ਆਪਾਂ ਬਣਾਉਂਦੇ ਨਾ ਬਣਦੀ ਬਹੁਤ ਜ਼ਿਆਦਾ ਟੇਸਟੀ ਹੈ। ਬਸ ਆਪਣੀ ਕੱਦੂ ਦੀ ਸਬਜ਼ੀ ਤਕਰੀਬਨ ਵੀ ਬਣ ਹੀ ਚੁੱਕੀ ਹੈ ਅਤੇ ਮੈਂ ਕੜਛੀ ਦੇ ਨਾਲ ਇਹਨਾਂ ਨੂੰ ਮੈਸ਼ ਕਰਕੇ ਦੇਖ ਰਹੀ ਹਾਂ ਵੀ ਰਿੱਝ ਕੇ ਕਿ ਨਹੀਂ ਰਿੱਝੇ। ਬਸ ਆਪਣੇ ਕੱਦੂ ਰਿੱਝ ਗਏ ਆ ਅਤੇ ਮੈਂ ਇਸ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਐਡ ਕਰ ਦੂੰਗੀ। ਹੁਣ ਮੈਂ ਥੋੜ੍ਹਾ ਜਿਹਾ ਦੁੱਧ ਪਾਤਾ ਅਤੇ ਮੈਂ ਇਸਨੂੰ ਕੜਛੀ ਦੇ ਨਾਲ ਹਿਲਾ ਦਾਂਗੀ, ਪਰ ਮੈਨੂੰ ਜਿੰਨਾ ਕੁ ਜ਼ਰੂਰਤ ਹੋਰ ਹੋਊਗੀ ਅਤੇ ਮੈਂ ਉਨਾ ਕੁ ਹੋਰ ਪਾ ਦੂੰਗੀ। ਮੈਂ ਫਰੈਂਡਸ ਇਹਦੇ ਵਿੱਚ ਮੈਂ ਕੋਈ ਭਾਂਡਾ ਨਹੀਂ ਮਿਣਿਆ ਵੀ ਮੈਂ ਇੰਨਾ ਹੀ ਦੁੱਧ ਪਾਉਣਾ, ਮੈਂ ਆਪਣੇ ਅੰਦਾਜ਼ੇ ਦੇ ਨਾਲ ਹੀ ਪਾ ਰਹੀ ਹਾਂ ਵੀ ਮੈਨੂੰ ਜਿੰਨਾ ਕੁ ਮੇਰੇ ਪਰਿਵਾਰ ਦੇ ਅਕੋਰਡਿੰਗ ਮੈਨੂੰ ਲੱਗ ਰਿਹਾ ਹੈ ਮੈਂ ਉਨਾ ਕੁ ਦੁੱਧ ਪਾ ਰਹੀ ਹਾਂ। ਅਤੇ ਦੁੱਧ ਜਿਹੜਾ ਮੈਂ ਵਿੱਚ ਪਾਇਆ ਉਸਨੂੰ ਮੈਂ ਉਬਾਲਾ ਦਵਾਇਆ ਹੋਇਆ ਸੀਗਾ, ਉਬਾਲਿਆ ਹੋਇਆ ਦੁੱਧ ਹੀ ਪਾਇਆ ਵਾ। ਅਤੇ ਸਬਜ਼ੀ ਆਪਣੀ ਤਿਆਰ ਹੋ ਚੁੱਕੀ ਹੈ ਅਤੇ ਹੁਣ ਆਪਾਂ ਇਸ ਨੂੰ ਬਸ ਥੋੜ੍ਹਾ ਟਾਈਮ ਰੈਸਟ 'ਤੇ ਛੱਡਾਂਗੇ ਵੀ ਇਹਨੂੰ ਉਬਾਲ ਆ ਜਾਵੇ ਇੱਕ,
ਅਤੇ ਕੱਦੂਆਂ ਦੇ ਵਿੱਚ ਦੁੱਧ ਸਵਾਰ ਕੇ ਅਬਜ਼ਰਵ ਹੋ ਜਾਵੇ ਅਤੇ ਸਬਜ਼ੀ ਵਧੀਆ ਜਿਹੀ ਲੱਗੇ। ਉਹ ਤੁਸੀਂ ਦੇਖ ਰਹੇ ਹੋ ਵੀ ਸਬਜ਼ੀ 'ਚ ਥੋੜ੍ਹਾ ਥੋੜ੍ਹਾ ਉਬਾਲ ਆਉਣ ਲੱਗ ਪਿਆ ਏ, ਅਤੇ ਜਦੋਂ ਥੋੜ੍ਹਾ ਜਿਹਾ ਹੋਰ ਉਬਾਲ ਆ ਗਿਆ ਅਤੇ ਮੈਂ ਗੈਸ ਦਾ ਫਲੇਮ ਘੱਟ ਕਰ ਦੂੰਗੀ ਅਤੇ ਇਸ ਵਿੱਚ ਕਸੂਰੀ ਮੇਥੀ ਮਿਲਾ ਦੂੰਗੀ। ਕਸੂਰੀ ਮੇਥੀ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਬਣਦਾ ਹੈ। ਮੈਂ ਤਕਰੀਬਨ ਕਸੂਰੀ ਮੇਥੀ ਹਰ ਇੱਕ ਸਬਜ਼ੀ ਦੇ ਵਿੱਚ, ਦਾਲ ਸਬਜ਼ੀ ਹਰ ਇੱਕ ਦੇ ਵਿੱਚ ਐਡ ਕਰਦੀ ਹਾਂ, ਮੈਨੂੰ ਬਹੁਤ ਵਧੀਆ ਲੱਗਦੀ ਹੈ। ਬਸ ਸਬਜ਼ੀ ਆਪਣੀ ਤਕਰੀਬਨ ਉਬਾਲ ਆ ਗਿਆ ਆਪਣੇ ਦੁੱਧ ਨੂੰ, ਅਤੇ ਹੁਣ ਮੈਂ ਗੈਸ ਦਾ ਫਲੇਮ ਘਟਾ ਕੇ ਇਸ ਵਿੱਚੋਂ ਉੱਪਰੋਂ ਕਸੂਰੀ ਮੇਥੀ ਦੀ ਥੋੜ੍ਹੀ ਗਾਰਨਿਸ਼ ਕਰ ਦੂੰਗੀ। ਤੁਸੀਂ ਦੇਖ ਰਹੇ ਹੋ ਵੀ ਸਬਜ਼ੀ ਕਿੰਨੀ ਵਧੀਆ ਲੱਗ ਰਹੀ ਹੈ। ਅੱਜ ਮੈਂ ਧਨੀਆ ਨਹੀਂ ਪਾਇਆ ਸਬਜ਼ੀ ਦੇ ਵਿੱਚ। ਫਰੈਂਡਸ, ਰੋਟੀ ਬਣ ਕੇ ਤਿਆਰ ਹੈ। ਚਲੋ ਛਕ ਲਓ ਤੁਸੀਂ ਵੀ ਪ੍ਰਸ਼ਾਦਾ, ਅਤੇ ਮੈਨੂੰ ਟੇਸਟ ਕਰਕੇ ਦੱਸਣਾ ਵੀ ਸਬਜ਼ੀ ਕਿੱਦਾਂ ਦੀ ਬਣੀ। ਇੱਥੇ ਮੈਂ ਆਪਣੀ ਬੇਟੀ ਨੂੰ ਰੋਟੀ ਖਵਾ ਰਹੀ ਹਾਂ। ਰੋਟੀ ਖਾਣ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਨੀ ਚਾਹੀਦੀ, ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਪਰਮਾਤਮਾ ਤੂੰ ਸਾਨੂੰ ਰਿਜ਼ਕ ਦਿੱਤਾ ਸਾਡੀ ਥਾਲੀ ਦੇ ਵਿੱਚ, ਅਤੇ ਸਭਨ ਨੂੰ ਨਵੀਂ ਵੀ ਇੰਨੀ ਕੁ ਸਭਨਾਂ 'ਤੇ ਆਪਣੀ ਮਿਹਰ ਰੱਖਣਾ ਕਿ ਹਰ ਕੋਈ ਰੋਟੀ ਖਾ ਕੇ ਸੋਵੇ, ਕੋਈ ਵੀ ਭੁੱਖੇ ਪੇਟ ਨਾ ਸੋਵੇ। ਇੰਨੀ ਕੁ ਆਪਣਾ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਰੋਟੀ ਖਾਂਦੇ ਖਾਂਦੇ ਮੈਂ ਆਪਣੀ ਬੇਟੀ ਦੇ ਨਾਲ ਥੋੜ੍ਹੀ ਗੱਪਸ਼ਪ ਕਰ ਰਹੀ ਹਾਂ, ਕਿਉਂਕਿ ਉਹੀ ਇੱਕ ਟਾਈਮ ਹੁੰਦਾ ਹੈ ਬੱਚੇ ਦੇ ਨਾਲ ਸਪੈਂਡ ਕਰਨ ਦਾ। ਬਾਅਦ ਵਿੱਚ ਰੋਟੀ ਖਾ ਕੇ ਥੋੜ੍ਹਾ ਟਾਈਮ ਆਪਣਾ ਖੇਡੇਗੀ, ਪੜ੍ਹਾਈ ਕਰੇਗੀ, ਵੇਖੋ ਉਸਦੀਆਂ ਨੋਟਬੁੱਕਸ ਵੀ ਚੇਅਰ 'ਤੇ ਪਈਆਂ ਹੋਈਆਂ ਵਾ, ਅਤੇ ਫਿਰ ਉਹ ਸੌਂ ਜੂਗੀ। ਹੁਣ ਰਾਤ ਹੋ ਚੁੱਕੀ ਹੈ। ਓਕੇ, ਫਿਰ ਆਪਾਂ ਨਵੇਂ ਵਲੌਗ ਦੇ ਵਿੱਚ ਮਿਲਾਂਗੇ। ਓਕੇ ਫਰੈਂਡਸ, ਗੁੱਡ ਨਾਈਟ। ਅਗਰ ਤੁਹਾਨੂੰ ਮੇਰਾ ਇਹ ਵਲੌਗ ਅੱਜ ਦਾ ਪਸੰਦ ਆਏ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਓਕੇ ਫਰੈਂਡਸ, ਥੈਂਕ ਯੂ ਫੋਰ ਵਾਚਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਦਾਸ ਸਤਿਗੁਰੂ ਕਹਾ।